यूनीक होम डिजाइनर तो क्या बात है। तो अपना ऑफिस कितने है? सिटी हाउस एक समुद्री रोड से काफ़ी दूर है, वो कह लो कि बाईपास के कोल जो अभी कह लो कि बकर मंडी जी नियामू गया। विवस एक गल साड़ी वीडियो लाइक शेयर लाजमी कराया करो। सुबह 10 बजे का लगा तो क्रिकेट का विलोक एक लगा हले वन पार्ट लगा तो हले मुकम्मल नहीं लगा है। तुम हालो किन्ने घंटे हो गए हैं तो साढ़े भाई बहन लोई भी आए थी चैकअप करवा आए थी। तो खसूसी दुआ करियो यार कमेंट्स भी सानू दस्यो कि दुआ करियो कि अल्लाह ना सेहत तंदुरुस्ती दे। हूँ उठे सी तो घर ने कहा दुध भी चाहिए, चाय भी बनानी सी तो जगू वास्ते तो सर्फ वगैरह भी लैना सी तो उठे हाँ। तो अज वीडियो भी क्रिकेट वाली असी विलॉग बनाया पिछले जुमे का हले लगाया नहीं, मैं किसी चीज लाजमी लगा दा। तो मेरा प्रोग्राम से बकर को पहले दुकान पर भेज दाँगा तो मैं फिर बाद जावगा आके फिर देखते हैं। पहले मैं क्या दुध वगैरह लाइए तो और जो सर्फ भी घर कपड़े वगैरह धोने से वो लाइए फिर देखते तो फिर मैं दुध लै लिया अस्सलाम वालेकुम जी यार दियो बोलते एक 50 वाला सर्फ से दियो ब्राइट वगैरह है तो दे दो। हाँ जी चले लैके घर तो साढ़ा ब्लॉक देखते हो घर जाके बनाने ब्लॉक का भी करना जिदा घंटा रेस्ट होल कर ली पीला पीला जो पीले पीला पीला दुध तो पीला पीला पीले पीले भी मजदूर से दुकान पर जा रहे हैं तो 3 बजने लगे तीन का टाइम हो गया बकर दे फोन आए थे आज फोन असी वीडियो अपलोड करके तो निकले हैं बाहर हिसाब लगा तो 10 बजे से लगे तो हूँ हले पार्ट 1 वीडियो अपलोड हुई है क्वालिटी सी 15-16 मिनट की सी बनी तो यासीन भाई दे लक तफे हुए थी सनाल बाल बीट हो गए तो मैं क्या चलो शुगरी लगा दें बेच तो रक्षे से बहने तो फिर दुकान वाल जाने लो जी सू साई मिल भी पाया भी रस्ते दुकान के कोल तो चला कि तू चला कि है चलो आयो फिर आयो दुकान ते बकर कि दस मैं भा भी देख लो मसूर आया अगले गल सुन लो है मसूर आया जी अच्छा मसूर आया जी सुन लगे गल
ਵਿਵਸ ਅਸੀਂ ਨਾ ਹੁਣ ਦੁਕਾਨ 'ਤੇ ਆਏ ਸੀ, 3 ਵੱਜ ਗਏ ਆ। ਵਿਵਸ ਇੱਕ ਗੱਲ, ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ। ਸੁਬਹਾ 10 ਵਜੇ ਦਾ ਲੱਗਾ ਅਤੇ ਕ੍ਰਿਕਟ ਦਾ ਵਲੋਗ ਇੱਕ ਲੱਗਾ, ਹਲੇ 1 ਪਾਰਟ ਲੱਗਾ ਅਤੇ ਹਲੇ ਮੁਕੰਮਲ ਨਹੀਂ ਲੱਗਾ। ਅਸੀਂ ਸਾਲ ਲਓ ਕਿੰਨੇ ਘੰਟੇ ਹੋ ਗਏ ਨੇ, ਅਤੇ ਸਾਡੇ ਭਾਈ ਬਹਿਣ ਹੋਈ ਵੀ ਆਏ ਸੀ, ਇਹਦਾ ਚੈੱਕਅਪ ਕਰਵਾਉਣ ਆਏ ਸੀ। ਅਤੇ ਖਸੂਸੀ ਦੁਆ ਕਰਿਓ ਯਾਰ, ਕਮੈਂਟਸ 'ਚ ਵੀ ਸਾਨੂੰ ਦੱਸਿਓ ਕਿ ਦੁਆ ਕਰਿਓ ਕਿ ਅੱਲਾ ਨਾਲ ਸਿਹਤ ਤੰਦਰੁਸਤੀ ਰਹੇ। ਅਤੇ ਨੂਮੀ ਬਟ ਹੈ, ਤੁਸੀਂ ਕ੍ਰਿਕਟ ਵਲੋਗ ਹੀ ਦੇਖਦੇ ਰਹਿੰਦੇ ਹੋ, ਇਹਨਾਂ ਦੇ ਵਾਲ ਸਾਹਿਬ ਨੇ ਅਤੇ ਸਾਡੇ ਬਹਿਣ ਹੋਈ ਨੇ, ਅਤੇ ਬਾਕੀ ਅਸੀਂ ਵੀ ਦੁਆ ਗਵਾਂ ਕਿ ਅੱਲਾ ਸਿਹਤ ਤੰਦਰੁਸਤੀ ਦੇਵੇ। ਅਤੇ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਆਪਣੀ ਕੁਵਤ ਮੁਦਾਫਤ ਨਹੀਂ ਛੱਡਣੀ ਹੈ, ਜਬ ਕਰਮ ਹੋਤਾ ਹੈ ਹਾਲਾਤ ਬਦਲ ਜਾਤੇ ਹੈ। ਅਤੇ ਬਾਕੀ ਅੱਗੇ ਅੱਲਾ ਖੈਰ ਅਤੇ ਬੇੜੇ ਬਾਰ। ਹਾਂਜੀ, ਤੁਸੀਂ ਸੁਣਾਓ। ਤਬੀ ਟੈਨਸ਼ਨ ਨਹੀਂ ਲੈਣੀ ਹੈ, ਬਸ ਬਸ ਉਹ ਮੈਂ ਕਿਹਾ ਜਿਹਨੇ ਟੈਨਸ਼ਨ ਲਈ ਉਹ ਗਿਆ, ਭਾਵੇਂ ਉਹ ਸਿਹਤਮੰਦ ਵੀ ਸੀ, ਉਹ ਭਾਈ ਵੱਡਾ ਹੋਇਆ ਸੀ, ਉਹਨੇ ਕਿੰਨੀ ਟੈਨਸ਼ਨ ਲਈ ਸੀ, ਜੋ ਰਿਪੋਰਟਾਂ ਕਰਾਈਆਂ ਤਾਂ ਉਹਦੀਆਂ ਸਹੀ ਆਈਆਂ ਸੀ। ਬਸ ਰੋਲਾ ਕਿ ਟੈਨਸ਼ਨ ਤਾਂ ਆਪ ਮੈਂ ਕਹਿੰਦਾ ਬੜੀ ਵੱਡੀ ਬਿਮਾਰੀ ਹੈ। ਬਾਕੀ ਆਇਆ ਕਰੋ, ਉਹ ਖਾਓ ਪੀਓ, ਬੋਝ ਕਰੋ, ਬਾਕੀ ਬਾਕੀ ਜ਼ਿੰਦਗੀ ਦਾ ਕਿਸੇ ਦਾ ਕੋਈ ਪਤਾ ਨਹੀਂ ਹੈ, ਤਾਂ ਤੁਸੀਂ ਜ਼ਿਹਨ 'ਚ ਰੱਖੋ ਹੀ ਨਾ, ਜੋ ਵਕਤ ਹੈ ਵੇ ਮੱਕਰ ਰੱਬ ਨੇ ਗਾ, ਉਹ ਤਾਂ ਸਭ ਦਾ ਆਉਣਾ ਹੀ ਆਉਣਾ ਵੇ। ਬਾਕੀ ਅੱਗੇ ਅੱਲਾ ਖੈਰ ਅਤੇ ਬੇ, ਬਾਕੀ ਉਹੀ ਨੌਮੀ ਸਭ ਤੁਹਾਡੇ ਕੀ ਖਿਆਲ ਹੈ? ਹਾਂ, ਅਤੇ ਬਾਕੀ ਆ ਕੇ ਵਿਵਸ, ਕੱਲ੍ਹ ਬਾਰਿਸ਼ ਨਾ ਆਈ ਤਾਂ ਅਸੀਂ ਨਵਾਂ ਵਲੋਗ ਵੀ ਕ੍ਰਿਕਟ ਦਾ ਬਣਾਉਣਾ ਵੇ, ਤੁਸੀਂ ਉਹ ਵੀ ਦੇਖਿਓ। ਅਤੇ ਇੱਕ ਹੋਰ ਇੱਕ ਵਲੋਗ ਅਸੀਂ ਬਣਾ ਰਹੇ ਹਾਂ, ਪਿਓ ਪੁੱਤਰਾਂ ਦੀ ਜੰਗ। ਇਹ ਤੁਸੀਂ ਕ੍ਰਿਕਟ ਦੇ ਵਿੱਚ ਦੇਖੋਗੇ, ਕਿਉਂਕਿ ਅੱਜ ਤੱਕ ਤੁਸੀਂ ਵੈਸੇ ਵੇਖਿਆ ਨਹੀਂ ਹੋਣਾ ਕਿ ਪਿਓ ਪੁੱਤਰਾਂ ਦਾ ਕ੍ਰਿਕਟ 'ਚ ਟਾਕਰਾ। ਉਹ ਵੀ ਅਸੀਂ ਤੁਹਾਨੂੰ ਅਸੀਂ ਸ਼ਾਮ ਨੂੰ ਵੀ ਵੀਡੀਓ ਅਪਲੋਡ ਕਰਨੀ ਹੈ। ਬਸ ਅਸੀਂ ਬਾਹਰ ਬੈਠੇ ਹੋਏ ਸੀ, ਕੰਮਾਂ ਦੇ ਹਾਲਾਤ ਤੁਹਾਨੂੰ ਪਤਾ ਹੈ, ਕਦੇ ਟਾਈਟ ਹੋਏ ਪਏ ਨਹੀਂ ਮਾਰੋ, ਅਤੇ ਅਸਮਾਨ ਭਾਈ ਆਏ ਸੀ, ਅਤੇ ਮਾਸ਼ਾਅੱਲਾ ਇਹਨਾਂ ਦਾ ਕੰਮ, ਕਹਿੰਦੇ ਕੰਮ ਠੀਕ ਹੈ, ਕੰਸਟਰਕਸ਼ਨ ਦਾ ਕੰਮ ਕਰਦੇ ਆ, ਇਮਾਰਤ ਵਗੈਰਾ ਜੇ ਵੋ, ਕੋਈ ਕੋਠੀ ਵਗੈਰਾ ਤਿਆਰ ਕਰਵਾਉਣੀ ਹੋਵੇ ਕਿਸੇ ਕਿਸਮ ਦਾ ਵੀ, ਅਤੇ ਇਹਨਾਂ ਕੋਈ ਪੁੱਛਦੇ ਹਾਂ ਉਸਮਾਨ ਭਾਈ ਕਿਸ ਨਾਮ ਤੋਂ ਕਰ ਰਹੇ ਹੋ? ਯੂਨੀਕ ਹੋਮ ਡਿਜ਼ਾਈਨਰ ਤੋਂ, ਕਿਆ ਬਾਤ ਹੈ! ਅਤੇ ਆਪਣਾ ਆਫਿਸ ਕਿੱਥੇ ਆ? ਸਿਟੀ ਹਾਊਸ ਸੀ, ਕਿਤੇ ਸਮੁੰਦਰੀ ਰੋਡ ਦੇ ਕਾਫੀ ਦੂਰ, ਉਹ ਕਹਿ ਲਓ ਕਿ ਬਾਈਪਾਸ ਦੇ ਕੋਲ, ਜਿਹਨੂੰ ਅਸੀਂ ਕਹਿ ਲਓ ਕਿ ਬੱਕਰ ਮੰਡੀ ਜਿਹੜੀ ਨਿਆਮੂਆਣਾ ਮੰਡੀ, ਉਹਦੇ ਨਾਲ ਸਿਟੀ ਹਾਊਸ ਸੀਗੀ। ਅਤੇ ਆਪਣਾ ਕੋਈ ਤੁਹਾਡੇ ਨਾਲ ਕੰਟਰੈਕਟ ਕਰਦਾ ਜਾਵੇ, ਅਤੇ ਮੋਬਾਈਲ ਨੰਬਰ ਕੀ ਆਪਣਾ? 03 00 7417 4567 4567 4567 ਉਹ ਸੁਣਾ ਲਾ ਭਾਈ ਵੀ ਆ। ਹੁਣ ਅਸੀਂ ਦੁਕਾਨ ਬੰਦ ਕਰਕੇ ਜਾ ਰਹੇ ਹਾਂ ਘਰ, ਅਤੇ ਫਿਰ ਘਰ ਅੱਲਾ ਖੈਰ ਕੀਤੀ ਆਪਣੇ ਵਲੋਗ ਦਾ ਐਂਡ ਕਰਾਂਗੇ। ਸਾਡਾ ਇਹ ਤੁਹਾਨੂੰ ਵਲੋਗ ਅੱਜ ਦਾ ਚੰਗਾ ਲੱਗੇ, ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੋ। ਉੱਧਰ ਜੱਗੂ ਵੀ ਬੋਲ ਰਿਹਾ ਮੈਂ ਜਾ ਕੇ ਦੇਖਦਾ, ਅੱਗੇ ਜ਼ਿੰਦਗੀ ਨੇ ਫਾ ਕੀਤੀ, ਦੁਬਾਰਾ ਮੁਲਾਕਾਤ ਹੋਈ ਅੱਲਾ।